बिस्मिल्लाह रहमान रहीम दोस्तों उम्मीद है आप सब खैरियत से होंगे इन ताला आज के वीडियो में हम इनशा ताला आपकी मुलाकात करवाएंगे एक मैंगो ग्रोवर के साथ जिसका अपना मैंगो का फार्म है और वो काफ़ी अरसे से मैंगो की फार्मिंग कर रहे हैं और इस हवाले से हम उनके रिव्यूज़ लेंगे कि ये साल दो हज़ार तेईस आम की प्रोडक्शन के हवाले से कैसा रहेगा साल दो हज़ार तेईस के बारे में हम उनसे मालूम लेंगे कि 2023 में आम जो है मौसमियाती तब्दीलियों के हवाले से आम पर कितना असरअंदाज हो सकेगा क्योंकि अच्छा चाचा चा चा, क्या हाल है चंगे हाल है ठीक है खैरियत है कितनी अपना एकड़ का बाग है मेरे को मेरे को कोई तकरीबन त्रै मुरबे त्रै मुरबे हाँ। अच्छा तुसा कितने अरसे कोल फार्मिंग करेंगे पे हो मैं अंबा सन

ਜੀ ਹਾਂ ਹੁਣ ਮੌਸਮ ਦੀ ਜਿਹੜੀ ਤਬਦੀਲੀ ਆਈ ਹੈ ਗਰਮੀ ਪਹਿਲੇ ਪੈਗੀ ਠੀਕ ਹੈ ਉਹਨਾਂ ਦੀ ਵਜ੍ਹਾ ਕੋਲ ਆਮ ਫਟਕੇ ਆਉਂਦੇ ਨੇ ਬਿਲਕੁਲ ਸਹੀ ਆਉਂਦੇ ਪਣ ਸਿੰਧੀ ਠੀਕ ਹੈ ਰਹਿਮ ਯਾਰ ਕਾਂ ਠੀਕ ਹੈ ਮਲਤਾਨੀ ਠੀਕ ਰੁਪਿਆ ਦੇ ਰੁਪਿਆ ਹੈ ਫਿਲਹਾਲ ਰੁਪਿਆ ਦੇ ਰੁਪਿਆ ਕੱਲ ਕੋ ਅੱਲਾ ਜਾਣਦੇ ਅੱਲਾ ਕੀ ਕਰੇਗਾ

ਅਗਰ ਉਹਦਾ ਅਸਾ ਮਲਚਿੰਗ ਕਰਨੋ ਤੱਲੇ ਬਾਗ ਦੇ ਜਿਹੜੇ ਮੁੰਡਾ ਦੇ ਵਿੱਚ ਅਸਾ ਕੋ ਮਲਚਿੰਗ ਇੱਕ ਇੱਕ ਫੁੱਟ ਦੀ ਜਾਂ ਅੱਧੀ ਤਰੇ ਤਰੇ ਇੰਚ ਦੀ ਅਸਾ ਉਹਦੇ ਉਤੇ ਮਲਚਿੰਗ ਦਾ ਮਤਲਬ ਸੁੱਕੇ ਸ਼ਾਖਾਂ ਪੱਤਰੇ ਉਹ ਸਾਟ ਕੇ ਕਰੂੰ ਤੇ ਉਹ ਜ਼ਮੀਨ ਠੱਡੀ ਰਾਸੀ ਉਹਦੇ ਨਾਲ ਤਾਂ ਕੋ ਕਿਹਾ ਲੱਗਦੇ ਕਿ ਬਿਹਤਰੀ ਆ ਸੀ ਸਮਝਣ ਜਦ ਤੱਕ ਪਾਣੀ ਨਾ ਮਿਲਦੀ ਜ਼ਮੀਨ ਤੇ ਤੱਲੇ ਪਾਣੀ ਖੁਸ਼ ਕਰ ਵੇ ਸੀ ਕਿਉਂਕਿ ਪਹਿਲੇ ਪਾਣੀ ਦਰਿਆ ਜੀ ਤਾਂ ਕੋਈ ਨਹੀਂ ਬਿਲਕੁਲ ਉਹ ਜਿਕੇਨ ਪਾਣੀ ਠੀਕ ਜਿਤਨੀਆਂ ਜੜਾਂ ਕਾਜ ਗਿੰਸੋ ਵਾਲੀ ਤਾਂ ਜ਼ਾਹਰ ਪਾਣੀ ਤਾਂ ਪਾਣੀ ਹੈ ਦਾ ਬਿਲਕੁਲ ਪਾਣੀ ਪਾਣੀ 40 ਦੇ ਸੀ ਪਾਣੀ 40 ਦੇ ਸੀ ਸਾਵਣ ਵਾਲੀ 40 ਦੇ ਸੀ ਜਿਹੜੇ ਅਗਲੇ ਸਾਲ ਕੋ ਕੰਮ ਆ ਸੀ ਬਿਲਕੁਲ ਤੇ ਅਗਰ ਪਹਿਲੇ ਵੀ ਉਕੂ ਪਾਣੀ ਪੂਰਾ ਨਾ ਮਿਲਦੀ ਤਾਂ ਉਹ ਰੋਸੀ ਖਾਸੀ ਘੜਾ ਬੈ ਸਾਲ ਛੁੱਟੀ ਹੋ ਸੀ ਠੀਕ ਹਾਂ ਭੋਲਾ ਉਸੇ ਬਸ ਅੱਛਾ ਤੇ ਇਹ ਤੋਂ ਇਲਾਵਾ ਵੀ ਆਪੇ ਕੋ ਦੱਸੋ ਕਿ ਮਾਰਕੀਟ ਦੀ ਸੂਰਤ ਹੈ ਹਾਲ ਤੱਕ ਉਹ ਕੀ ਹੈ ਮਾਰਕੀਟ ਦੀ ਸੂਰਤ ਦਾ ਹਾਲ ਤਾਂ ਜਾਣਦਾ ਹੈ ਅੱਲਾ ਜੇ ਅਗਰ ਫਸਲ ਜ਼ਿਆਦੀ ਹੋਈ ਤਾਂ ਮਾਰਕੀਟ ਚ ਅੰਬ ਰੇਟ ਘਟੋ ਸੀ ਫਸਲ ਜ਼ਿਆਦੀ ਹੋ ਸੀ ਫਸਲ ਕੰਮ ਤਾਂ ਰੇਟ ਜੰਗ ਤੇ ਐਕਸਪੋਰਟ ਦੇ ਹਵਾਲੇ ਨਾਲ ਤੁਸੀਂ ਕਹਿੰਦੇ ਤੇ ਐਕਸਪੋਰਟ ਦੇ ਹਵਾਲੇ ਨਾਲ ਹੁਣ ਅੱਗਾ ਅੱਲਾ ਜਾਣਦੇ ਕਿਉਂਕਿ ਪਿਛਲੇ ਹਾਲਾਤ ਤਹਨ ਖਰਾਬ ਠੀਕ ਹੈ ਮਲਕੀ ਹਾਲਾਤ ਖਰਾਬ ਐਨ ਡੀਜ਼ਲ ਮੇ ਪੈਟਰੋਲ ਮਹਿੰਗੇ ਨਾ ਅਗਰ ਕਿਰਾਏ ਅਗੂ ਖਰਚੇ ਵਧੇ ਹੋਏ ਬਿਲਕੁਲ ਉਹਨਾਂ ਦੇ ਜਿਹੜਾ ਘੇਨ ਵੇਸੀ ਉਹ ਜ਼ਹਿਰੇ ਬੜੇ ਮਾਲਕਾਂ ਕਉਂ ਤੇ ਇਹ ਮੁਆਇਦਾ ਪੂਰਾ ਨਹੀਂ ਰਹਿੰਦੇ ਨਾ ਜੀ ਹਾਂ ਤੇ ਅਗੂ ਉਹਨਾਂ ਦਾ ਖਰਚੇ ਵੇਖਣੇ ਜਿਹੜਾ ਐਕਸਪੋਰਟਰ ਕਰਿੰਦੇ ਠੀਕ ਹੈ ਅਗਰ ਉਹਨਾਂ ਕੋਈ ਅੱਛਾ ਪੈਸੇ ਮਿਲ ਗਿਆ ਤੇ ਵਲ ਵਧਾ ਦੇਣ ਨਾ ਤਵਲ ਉਹ ਹੀ ਛੋੜ ਦੇਣ ਉਹ ਕੰਮ ਖਰਾਬ ਹੈ ਤੇ ਐਕਸਪੋਰਟਰ ਹੀ ਟਾਈਮ ਕਿਆ ਸੂਰਤial ਹੈ ਜਿਹੜੇ ਐਕਸਪੋਰਟ ਵਾਲੇ ਸਾਡੇ ਆੜਤੀ ਹਿੰਪੈ ਉਹ ਕਿਵੇਂ ਆਪਣਾ ਜਿਹੜੇ ਬੇਖਰਾ ਕੋ ਸਪੋਰਟ ਕਰਿੰਦੇ ਖੜੇ ਨੇ ਹੀ ਟਾਈਮ ਇਹ ਹਾਲ ਕੋਈ ਸਪੋਰਟ ਨਹੀਂ ਕਰਦੇ ਪਹਿਲੇ ਬੇਖਰਾ ਕੋਈ ਗਾਲ ਹੀ ਨਹੀਂ ਕਰਦੇ ਐਕਸਪੋਰਟਰ ਐਕਸਪੋਰਟਰ ਹੀ ਟਾਈਮ ਬਿਲਕੁਲ ਪਿੱਛੂ ਖੜੇ ਤੇ ਬਿਲਕੁਲ ਪਿੱਛੇ ਤੇ ਤੇ ਜਿਹੜੇ ਬੇਖਰ ਹੀ ਟਾਈਮ ਬਾਗ ਹਿੰਦੇ ਖੜੇ ਨੇ ਉਹ ਸਿਰਫ ਹੋਰ ਆਪਣੀ 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 ਨਾ ਆੜਤੀ ਹਾਲੇ ਪੈਸੇ ਚਾਸਤੇ ਰਹੇ ਨੇ ਫਿਰ ਠੀਕ ਹੈ ਕਿਉਂ ਜੋ ਕਮਜ਼ੋਰ ਤਹਿ ਕਰੇ ਦੂਤਰਾ ਸਾਲ ਤੋਂ ਨੁਕਸਾਨ ਕਰੇ ਨੇ ਆੜਤੀ ਹਾਂ ਆੜਤੀ ਵੀ ਨੁਕਸਾਨ ਕਰੇ ਨੇ ਹੁਣ ਬੇਖਰਾਂ ਕੋਈ ਇਤਨੇ ਪੈਸੇ ਨਹੀਂ ਦੇਂਦੇ ਪਏ ਹੁਣ ਬੇਖਰ ਆਪਣੀ ਭੰਨ ਤਰੋੜ ਕਰਕੇ ਤੇ ਬਾਗ ਕਿੰਨੇ ਤੁਸੀਂ ਇਹ ਟਾਈਮ ਕੀ ਮਸ਼ਵਰਾ ਦਿੰਦੇ ਹੋ ਜ਼ਮੀਂਦਾਰ ਭਰਾਵਾਂ ਨੂੰ ਕਿ ਉਹ ਆਪਣੇ ਬਾਗਾਂ ਤੇ ਜਿਹੜਾ ਹੈ ਹਾਲੀ ਸੇਲ ਕਰੇ ਨਹੀਂ ਜਾਂ ਹਾਲੀ ਜਿਹੜਾ ਹੈ ਉਹ ਰੁਕੇ ਰਾਵਣ ਜ਼ਿੰਮੇਦਾਰ ਬਿਰਾ ਜਿਹੜਾ ਸੇਲ ਕਰ ਗਿੰਦੀ ਸੀ ਅੱਜ ਕੱਲ ਚੰਗਾ ਰਸੀ ਅਗਰ ਫਸਲ ਦੀ ਆਦੀ ਤੇ ਵਾਲੇ ਰੇਟ ਘਟਣ ਪਾਇਏ ਸੀ ਹਰ ਬੰਦੇ ਕੋਲ ਪਤਾ ਫਸਲ ਲੱਗ ਗਈ ਠੀਕ ਹੈ ਬਲੋ ਪਿਛਾ ਆਟਾ ਸਨ ਜਿਹੜਾ ਹੁਣ ਹੀ ਟਾਈਮ ਸੇਲ ਕਰ ਗਿੰਦੀ ਸੀ ਉਹ ਸੇਲ ਕਰ ਗਿੰਦੀ ਚੰਗਾ ਰਸੀ ਕਿਉਂਕਿ ਵਾਦਾ ਆਪਣਾ ਕਰ ਗਿੰਦਾ ਵਾਦਾ ਘਟੂਰੀ ਹੁੰਦੇ ਦੀ ਮੈਂ ਬੇਕਾਰ ਤੇ ਦੀ ਮੈਂ ਹਰ ਭਲਾ ਹੁੰਦੇ ਦੀ ਮੈਂ ਕੱਲ ਕੋਈ ਪਤਾ ਹਰ ਦੇ ਜੀਤੇ ਨੇ ਕਿਆ ਕਰਦੇ ਠੀਕ ਹੈ ਇਹ ਜ਼ਿੰਮੇਦਾਰੀ ਹਾਰੀ ਬੇਕਾਰ ਦੀ ਗੱਲ ਪਾਇਵੇ ਸੀ ਟੋਟਲ ਦਵਾਈਆਂ ਮਹਿੰਗੀਆਂ ਜੀਆ ਖਰਚਾ ਜ਼ਿਆਦਾ ਹੈ ਠੀਕ ਤੇ ਬੇਖਰ ਦੀ ਜਾਨ ਇਤ ਵੜਵੇ ਸੀ ਮਦੂਰੀ ਬਟੂਰ ਕਟਾਈ ਹਰ ਬਲਾ ਬੇਖਰ ਦੀ ਜਾਨ ਵੜਵੇ ਸੀ ਠੀਕ ਠੀਕ ਆ ਤੇ ਇਹ ਭਾਵੇਂ ਹੁਣ ਜਿਹੜੇ ਜ਼ਿੰਮੇਦਾਰ ਭਰਾ ਹਨ ਜਿਹੜੇ ਖੜੇ ਸਨ ਬੂਰ ਜ਼ਿਆਦੇ ਆਸਨ ਤਾਂ ਉਹਨਾਂ ਕੋਈ ਪਤਾ ਹੈ ਹਰ ਬੰਦੇ ਕੋ ਪਤਾ ਹੈ ਚਲੋ ਕੋਈ ਉਮੀਦ ਕੋਈ ਉਮੀਦ ਤੇ ਦੁਨੀਆ ਕਾਇਮ ਹੈ ਅੱਲਾ ਖੈਰ ਕਰੇ ਸੀ ਅੱਲਾ ਤਾਲਾ ਬਿਹਤਰੀ ਕਰੇ ਉਮੀਦ ਦੀ ਕਿਰਨ ਅੱਛੀ ਦੱਸੋ ਜਾ ਬੇਖਰਾ ਵਾਸਤੇ ਵੀ ਤੇ ਜ਼ਮੀਂਦਾਰਾਂ ਵਾਸਤੇ ਵੀ ਤੁਸੀਂ ਕੀ ਆਪਣਾ ਇਹਦਾ ਜਿਹੜਾ ਨਿਚੋੜ ਕੇ ਕਢੇਂਦੇ ਹੋ ਸਾਰੇ ਮੇਰੇ ਬੇਖਰ ਭਰਾ ਜਿਹੜੇ ਹਨ ਹਾਂ ਚਲੇ ਜਰਾਮਿੰਦ ਚੰਗੇ ਰਾਸਨ ठीक है अगर टपोलिया मरे थे अपने आप बिजली फटक दे सीधी गए नहीं कोई बागबाना को या जमीदारा कोई बेकारा कोई जमींदारा पैसे पूरे वटी पर जमीदारा ने घाट को नहीं वटी देने ਠੀਕ ਹੈ ਆ ਕਿਉਂ ਜੇ ਬੂਰ ਆ ਗਿਆ ਆਮ ਕੋ ਜ਼ਿੰਮੇਦਾਰਾਂ ਦੇ ਪੈਸੇ ਪੂਰੇ ਵਟੀ ਨੇ ਬਿਹਤਰੀਨ ਹੈ ਹੁਣ ਅੱਗੂ ਜਿਹੜਾ ਇਹ ਸਪਰੇ ਤੇ ਇਹ ਉਤੇ ਸੂਰਤ ਹਾਲ ਕਰੀ ਜਿਹੜਾ ਸਪਰੇ ਕਰ ਰਹੇ ਸੀ ਉਹ ਹਾਂ ਜਿਹੜਾ ਹੁਣ ਸੰਭਾਲ ਗਿੰਤੀ ਪਾਣੀ ਸਪਰੇ ਪੂਰਾ ਕਰ ਗਈ ਤਾਂ ਕਹਤਾਲਾ ਬੰਦਾ ਸੰਭਲੇ ਸੀ ਖਰਚੇ ਵਾਲਾ ਬੰਦਾ ਸੰਭਲੇ ਸੀ ਕਮਜ਼ੋਰ ਬੰਦਾ ਨਹੀਂ ਸੰਭਾਲ ਸਕਦਾ ਨਾ ਉਹਦੇ ਕੋਲ ਦਵਾਈ ਦੇ ਪੈਸੇ ਆਉਣੇ ਬਿਲਕੁਲ ਨਾ ਉਹ ਟਾਈਮ ਤੇ ਕਰ ਸਕਦਾ ਬਿਹਤਰੀਨ ਤੁਸੀਂ ਗੱਲ ਕੀਤੀ ਹੈ ਜ਼ਬਰਦਸਤ ਕਿਉਂ ਨਾ ਖਰਚਾ ਉਹਦੇ ਕੋਲ ਹੈ ਕੋਈ ਨਾ ਖਰਚਾ ਕੋਈ ਨਹੀਂ ਜ਼ਮੀਂਦਾਰ ਭਰਾ ਹੀ ਟਾਈਮ ਅਗਰ ਵੇਚ ਦੇਵਨ ਉਹ ਬਿਹਤਰ ਰਾਸ ਬਿਹਤਰ ਰਾਸ ਨਹੀਂ ਤਾਂ ਅਗੂ ਵਾਲ ਖਰਚਾ ਹੈ ਅਗੂ ਸੰਭਾਲਣਾ ਮੁਸ਼ਕਿਲ ਦੀ ਵੈਸੀ ਸਪਰੇ ਬਹੁ ਮਜ਼ਦੂਰ ਦੀ ਕਿਲਤੀ ਸੀ ਮਜ਼ਦੂਰ ਦੀ ਕਿਲਤੀ ਸੀ ਮਜ਼ਦੂਰ ਹਰ ਪਾਸੇ ਫਸਲ ਲੱਗ ਗਈ ਹੈ ਬਿਲਕੁਲ ਜਿਹੜਾ ਮਜ਼ਦੂਰ ਅਗੇ 900 ਗਿੰਦੇ 800 11 1200 ਮਿਲਦੀ 1100 ਬਿਲਕੁਲ ਨਾ ਮਿਲਦੀ ਇਹ 2023 ਦੇ ਤੁਸੀਂ ਜੀ ਹਾਂ ਇਹ ਖਬਰ ਹੈ ਬਿਲਕੁਲ ਕਿਉਂਕਿ ਮਜ਼ਦੂਰਾਂ ਦੀ ਕਿਲਤੀ ਸੀ ਫਸਲ ਚੰਗੀ ਹੋ ਸੀ ਤਾਂ ਮਜ਼ਦੂਰਾਂ ਦੀ ਪੇਟੀ ਮਹਿੰਗੀ ਹੋ ਸੀ ਤੇ ਖਰਚੇ ਵਧੇ ਹੋਏ ਬਿਲਕੁਲ ਬਿਲਕੁਲ ਅਸਾ ਸਾਰੇ ਕਿਸਾਨ ਜਿਹੜਾ ਰਿਲਾਈ ਕਰੇ ਨੇ ਆਇੰਦੋ ਤੇ ਡਿਪੈਂਡ ਕਰੇ ਨੇ ਬਿਲਕੁਲ ਸਾਰਾ ਖੇਤੀ ਤੋਂ ਕਿਲਨ ਰੱਦੀ ਫਲਾਣੀ ਸ਼ਾਇ ਫਲਾਣੀ ਸ਼ਾਇ ਸਾਰੀ ਬੇਖਬਰ ਤੇ ਨਜ਼ਰ ਆ ਜਾਂਦੇ ਆਂਦੇ ਨੀ ਆ ਮੁੱਤੇ ਨਜ਼ਰ ਐ ਜ਼ਿਮੀਦਾਰ ਕੁਮਾਇਦਾ ਪੂਰਾ ਜ਼ਿਮੀਦਾਰ ਕੋਈ ਨਹੀਂ ਮਿਲਦਾ ਬਿਲਕੁਲ ਬਿਲਕੁਲ ਜ਼ਿਮੀਦਾਰ ਤਾਂ ਸ਼ੋਦਾ ਪਿਛਾ ਪਿਛਾ ਐ ਐਸੇ ਅਬਦੁੱਲਾ ਜਤਿਆਲ ਸਾਹਿਬ ਹਨ ਇਹਨਾਂ ਦਾ ਮਾਸ਼ਾਅੱਲਾ ਆਪਣਾ ਤ੍ਰੈ ਮਰਬੇ ਦਾ ਬਾਗ ਹੈ ਪਿਆ ਇਹ ਸਾਲਾ ਸਾਲ ਕੋ ਆਮ ਦੀ ਕਾਸ਼ਤਕਾਰੀ ਕਰਨੇ ਪੈਨ ਤੇ ਮੈਂ ਤਾਂ ਕੋਈ ਇਹਨਾਂ ਦੀ ਜਿਹੜੀ ਗੁਜ਼ਸ਼ਟਾ ਤਜਰਬੇ ਦੇ ਹਿਸਾਬ ਨਾਲ ਤਾਂ ਕੋਈ ਇਹਨਾਂ ਦੇ ਸਾਰੀ ਗਾਲ ਮੁਹਾੜ ਤੱਕ ਦੱਸ ਦਿੱਤੀ ਹੈ ਅਗੂ ਤੁਸੀਂ ਆਪ ਸਿਆਣੇ ਹੋ ਤੁਸੀਂ ਆਪ ਫੈਸਲਾ ਕਰੋ ਤੁਸ ਜੱਕੀ ਮੇ ਆਪਣੇ ਆਮ ਨੂੰ ਕਾਮਯਾਬ ਕਰਨੇ ਆਪਣੇ ਬਾਗਾਂਦ ਕੋ ਕੀ ਮੇ ਕਾਮਯਾਬ ਕਰਨੇ ਸ਼ੁਕਰੀਆ